ਪੰਜਾਬ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਸਰਕਾਰੀ ਏਜੰਸੀਆਂ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਕੱਲ ਕਣਕ ਦੀ ਖਰੀਦ ਸ਼ੁਰੂ ਹੋਣ ਦੇ ਪਹਿਲੇ ਦਿਨ 2642 ਟਨ ਕਣਕ ਖਰੀਦੀ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਪੂਸ਼ਨ ਆਸ਼ੂ ਨੇ ਚੰਡੀਗੜ੍ਹ ਵਿੱਚ ਕਿਹਾ ਕਿ ਪੰ ਗ੍ਰੀਨ ਨੇ 652 ਟਨ ਮਾਰਕਫਲਡ ਨੇ 442 ਟਨ ਪੰਸਪ ਨੇ 818 ਟਨ ਅਤੇ ਪੰਜਾਬ ਰਾਜ ਕੋਧਾਮ ਨਿਗਮ ਨੇ 180 ਟਨ ਕਣਕ ਦੀ ਖਰੀਦ ਕੀਤੀ ਜਦਕਿ ਭਾਰਤ ਖਾਦ ਨਿਗਮ ਨੇ ਸਿਰਫ 10 ਟਨ ਕਣਕ ਦੀ ਹੀ ਖਰੀਦ ਕੀਤੀ ਹੈ ਇਸ ਤੋ ਪੰਜਾਬ ਵਿੱਚ ਕਣਕ ਦੀ ਜਨਤਕ ਵੰਡ ਲਈ ਪੰਗਰੇਨ ਨੇ 540 ਟਨ ਕਣ ਖਰੀਦੀਏ